ਵੱਡੀ ਨੌਜਵਾਨ ਜਿਉਣ ਵਾਲੇ ਪਿੰਡ ਦਾ ਸੁੱਖਾ ਪਾ ਰਿਹਾ ਬਾਜੂ ਬੈਕਾ ਵਾਲਾ ਖੜਾ ਨਾਲ ਮੰਗੀ ਖੜਾ ਵੀਰਾ ਸਰਹਾਲੀ ਵਾਲਾ ਖੜਾ ਤੇ ਗਗੜੇ ਵਾਲੇ ਬਿੱਲੇ ਦੀ ਦੁਨੀਆ ਦੀਵਾਨੀ ਹੈ ਚਾਰਾਂ ਦੇ ਵਿੱਚੋਂ ਕੌਣ ਇਹ ਆ ਸਰਹਾਲੀ ਸਾਹਿਬ ਦੀ ਧਰਤੀ ਦਾ ਵੀਰਾ ਕਰਾਉਂਦਾ ਬੱਲੇ 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 ਢਾ ਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਗਿਆ ਨੌਜਵਾਨ ਵੀਰਾ ਸਰਹਾਲੀ ਸਾਹਿਬ ਦੀ ਧਰਤੀ ਦਾ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਜਸਵੰਤ ਸਿੰਘ ਫੌਜੀ ਦਾ ਨਾਂ ਚੱਲਿਆ ਗਗੜੇ ਵਾਲੇ ਗੋਲੂ ਦੀ ਕਬੱਡੀ ਹੈ ਜਸਵੰਤ ਫੌਜੀ ਦੇ ਪੁੱਤ ਦੀ ਕਬੱਡੀ ਰਵੀ ਸਾਹੋ ਵਾਲਾ ਵਾ ਇਹ ਨੌਜਵਾਨਾਂ ਬਾਬੂ ਰੱਜਬਲੀ ਦੇ ਪਿੰਡ ਦਾ ਨੌਜਵਾਨ ਜਿਹਨੇ ਟਰਾਈ ਕੀਤੀ ਹੈ ਉਧਰ ਕਹਿੰਦੇ ਗੋਲੂ ਦੀ ਹਰੇਕ ਰੇਟ ਤੇ ਵੀਰਾ ਸਰਪੰਚ ਤੇ ਬਾਈ ਗੁਰਪ੍ਰੀਤ ਵਪਾਰੀ 500 ਦਾ ਸਨਮਾਨ ਦੇਣਗੇ ਲੈ ਵੀ ਕਾਲੇ ਕਰ ਜੀਰਕਪੁਰੀ ਹੈ ਗੁਰਦੀਪ ਦੀ ਕਬੱਡੀ ਲਓ ਗੁਰਦੀਪ ਦੀ ਕਹਿੰਦੇ ਰੇਡ ਭੈਰੀ ਹੈ ਇਹ ਆ ਕਹਿੰਦੇ ਜੀਰਕਪੁਰੇ ਦੀ ਮੁੰਡੇ ਚੰਡੀਗੜ੍ਹੀਏ ਤੇ ਇਹਦੇ ਤੇ ਵੀ 500 ਲਾਤਾ ਬਾਈ ਗੁਰਪ੍ਰੀਤ ਵਪਾਰੀ ਤੇ ਵੀਰੇ ਸਰਪੰਚ ਨੇ ਪੁਆਇੰਟ ਹੈ ਪੁਆਇੰਟ ਕਹਿੰਦੇ ਧਾਵੀ ਦਾ ਏ ਉਹ ਜਸਵੰਤ ਸਿੰਘ ਜੀ ਫੇਰੋਗੇ ਹਰਵੰਤ ਸਿੰਘ ਜੀ ਫੇਰੋਗੇ ਨਾਲ ਕਹਿੰਦੇ ਸ਼ੁਸ਼ਕ ਵਾਲਾ ਵੀਰ ਮਈਆਂ ਵਾਲੇ ਦੀ ਟੀਮ ਦੇ ਲਈ ਐਨ 500 ਨੇ ਵੱਡੇ ਮਾਨ ਕਰਕੇ ਹੈ ਕਬੱਡੀ ਪੈ ਗਈ ਹੈ ਜਾਫੀ 4 ਹੈ ਤੇ ਚਾਰੇ ਹੀ ਕਹਿੰਦੇ ਤਿਆਰ ਹੈ ਚੜ ਗਿਆ 5 ਦੀ ਪੁਲੀ ਤੇ ਬੱਟਾ ਬੱਲੇ 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 ਇੱਕ ਪਾਸੇ ਲੱਖਾ ਤੇ ਦੂਸਰੇ ਪਾਸੇ ਚਿਰਾਗ ਨੌਜਵਾਨਾਂ ਚਿਰਾਗ ਦੀਨ ਅਗਲੀਆਂ ਟਾਈਆਂ ਕੱਢਣ ਲੱਗੇ ਪ੍ਰਬੰਧਕ ਨਸੀਬ ਸਾਡਾ ਵੀਰ ਬਲਵੰਤਪੁਰੀ ਸੋਕ ਦੇ ਹਰੇਕ ਜੱਫੇ ਦਾ ਹਜ਼ਾਰ ਗੁਰਪ੍ਰੀਤ ਪ੍ਰਧਾਨ ਸਾਡਾ ਵੀਰ ਵਪਾਰੀ ਹਰਵੰਤ ਸਿੰਘ ਫੌਜੀ ਸਰਪੰਚ ਹਾਂਜੀ ਹਰਵੰਤ ਸਿੰਘ ਫੌਜੀ ਫੇਰੋਗੇ ਚਿਰਾਗ ਦੇ ਜੱਫੇ ਦੇ 500 ਹੈ ਲਓ ਕਬੱਡੀ ਪੈ ਗਈ ਹੈ ਜਾਫੀ 4 ਹੈ ਉਹ ਦੇਖੋ ਕਹਿੰਦੇ ਕਮਾਲ ਹੋ ਗਈ ਹੈ ਨੰਬਰ ਜਾਫੀ ਦਾ ਤੇ ਮੈਕ ਤੇ ਯਾਰ ਗੱਲ ਲੈ ਵੀ ਬਾਈ ਆ ਮੁੰਡੇ ਤੇ ਵੀ 500 ਸਾਹੋ ਕਿਆ ਵਾਲਾ ਰਵੀ ਉਹ ਦੁਨੀਆ ਦੀਵਾਨੀ ਹੈ ਦੁਨੀਆ ਦੀਵਾਨੀ ਹੈ ਕਿਆ ਵਾਲਿਆ ਹਾਂਜੀ ਗਰਾਊਂਡ ਦੇ ਵਿੱਚ ਤੀਸਰੇ ਅਰਾਊਂਡ ਦੀਆਂ ਟਾਈਆਂ ਪਾਉਣ ਲੱਗੇ ਸਾਡੇ ਵੀਰ ਕਬੱਡੀ ਓਪਨ ਦੀਆਂ ਟਾਈਆਂ ਪਾਉਣ ਲੱਗੇ ਆ ਤੀਸਰੇ ਅਰਾਊਂਡ ਦੀਆਂ ਲਓ ਗੁਰਦੀਪ ਦੀ ਕਹਿੰਦੇ ਰੇਡ ਪੈ ਰਹੀ ਹੈ ਜਾਂ ਕਹਿੰਦੇ ਚੰਡੀਗੜ੍ਹੀਆ ਜਾਂ ਜੀਰਕਪੁਰ ਵਾਲਾ ਲਓ ਗੁਰਦੀਪ ਦੀ ਕਬੱਡੀ ਹੈ ਜਾਫੀ 4 ਹੈ ਤੇ ਚਾਰੇ ਹੀ ਕਹਿੰਦੇ ਤਿਆਰ ਓਏ ਬੱਲੇ 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 ਚੱਕੇ ਜਾਮ ਚੱਕੇ ਜਾਮ ਉਹ ਦੇਖੋ ਕਹਿੰਦੇ ਨੰਬਰ ਜਾਫੀ ਦਾ ਗਗੜੇ ਵਾਲੇ ਬਿੱਲੇ ਨੇ ਜੀਰਕਪੁਰੀਆਂ ਨੂੰ ਜੱਫਾ ਲਾ ਕੇ ਬੱਲੇ ਬੱਲੇ ਕਰਾਤੀ ਹੈ ਲੱਖਾ ਧਰਮ ਕੋਟੀਆ ਲੈ ਵੀ ਸੇਵਕ ਬਾਈ ਗੁਰਪ੍ਰੀਤ ਵਪਾਰੀ ਤੇ ਵੀਰਾ ਸਰਪੰਚ ਕਹਿੰਦੇ ਵੀ ਸੇਵਕ ਦੇ ਜੱਫੇ ਦਾ ਹਜ਼ਾਰ ਕਰ ਦੋ ਉਹ ਸੇਵਕ ਜਿਹਨੂੰ ਵੱਡ ਖਾਣਾ ਕਹਿੰਦੇ ਆ ਕਿ ਪੈਂਦੇ ਦੇਖ ਪਟਾਕੇ ਮਿੱਤਰਾਂ ਵਿੱਚ ਮੈਦਾਨਾਂ ਦੇ 2000 ਕਰ ਦੋ ਸੇਵਕ ਦੇ ਜੱਫੇ ਦਾ 2000 2100 ਹੋ ਗਿਆ 2100 ਹੋ ਗਿਆ ਜਿਉਣ ਵਾਲੀਆਂ ਸੁੱਖਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜਾਫੀ 4 ਹੈ ਨੌਣ ਗਗੜੇ ਵਾਲੇ ਇੱਕ ਪਾਸੇ ਬਿੱਲਾ ਖੜਾ ਨਾਲ ਸਰਹਾਲੀ ਵਾਲਾ ਉਹਦੇ ਕਹਿੰਦੇ ਹਰਵੰਤ ਸਿੰਘ ਜੀ ਫੌਜੀ ਫੇਰੋਗੇ ਚਿਰਾਗ ਦੇ ਇੱਕ ਜੱਫੇ ਦਾ 1000 ਹੈ ਐਨ ਗੱਲਾਂ ਕਹਿੰਦੇ ਟਕਾਰੇ ਹੈ ਇੱਧਰ ਗੋਲੂ ਦੇ ਜਿਹੜੀ ਰੇਟ ਤੇ ਆ 500 ਹੈ ਪਰ ਇੱਧਰ ਸਾਹੋ ਕਿਆ ਵਾਲਾ ਸਾਹਮਣੇ ਹੋ ਗਿਆ ਉਹ ਵਾਹ ਨੌਜਵਾਨਾਂ ਰਵੀ ਸਾਹੋ ਕਿਆ ਵਾਲਾ ਸੇਵਕ ਦੇ ਜੱਫੇ ਤੇ 3100 ਸੇਵਕ ਦੇ ਹਰੇਕ ਜੱਫੇ ਤੇ ਬਾਈ ਗੁਰਪ੍ਰੀਤ ਤੇ ਵੀਰਾ ਸਰਪੰਚ ਜੀਰਕਪੁਰੀਆ ਗੁਰਦੀਪ ਕਬੱਡੀ ਪਾ ਰਿਹਾ ਕਿ ਬਿਊਟੀ ਨਹੀਂ ਚੰਡੀਗੜ੍ਹ ਸ਼ਹਿਰ ਵਰਗੀ ਮਾਰੂ ਨਹੀਂ ਚੀਜ਼ ਕੋਈ ਜ਼ਹਿਰ ਵਰਗੀ ਤੇ ਹੁੰਦੀ ਨਹੀਂ ਗਦਾਰੀ ਯਾਰ ਮਾਰ ਵਰਗੀ ਲਓ ਜੀਰਕਪੁਰੀਆ ਗੁਰਦੀਪ ਤੇ ਦੂਸਰੇ ਪਾਸੇ ਇਹ ਆ ਸਰਹਾਲੀ ਸਾਹਿਬ ਦੀ ਧਰਤੀ ਦਾ ਵੀਰਾ 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 ਕਰਾਉਂਦਾ ਬੱਲੇ 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 ਖੜ ਖੜ ਬਹਿੰਦੇ ਲੋਕੀ ਸਾਣ ਜੱਟ ਨੂੰ ਆਉਂਦੇ ਯਾਰੋ ਠੱਲਣੇ ਤੂਫਾਨ ਜੱਟ ਨੂੰ ਆਉਂਦੇ ਯਾਰੋ ਠੱਲਣੇ ਤੂਫਾਨ ਜੱਟ ਨੂੰ ਲੈ ਵੀ ਸੇਵਕ 3100 ਲੱਗ ਗਿਆ ਨੌਜਵਾਨਾਂ 3100 ਲੱਗ ਗਿਆ ਲੱਖਾਂ
धर्म कोटिया गुरप्रीत प्रधान ते वीरा सरपंच 3100। जे दूजा जफा लावे तो उन्होंने 500 रवि साहो वाला पर पॉइंट लखा धर्म कोटिया अपनी टीम दे से जोड़ गया। सुखा जौन वाले पिंड का कबड्डी पा रहा नौ सुखे जी कहते कबड्डी पैरी है इहदा कहते जौन वाला पिंड है एरी बड़ी चढ़ता है एन पंजाब दे बटे मेलिया दे हरवंत सिंह जी कहते हैं भाई 1500 दे देंगे एन चिराग दे जफे दे लो कबड्डी पै गई है। ਲੋ ਜਿਉਣ ਵਾਲੇ ਪਿੰਡ ਦਾ ਸੁੱਖਾ ਤੇ ਆ ਨੌਜਵਾਨ ਮਾਝੇ ਤੋਂ ਪੁੱਜਿਆ ਇਹ ਆ ਨੌਜਵਾਨ ਬਾਜੂ ਬੈਕਾਂ ਦੀ ਧਰਤੀ ਦਾ ਪਰ ਸੁੱਖਾ ਜਿਉਣ ਵਾਲੀ ਆ ਪੁਆਇੰਟ ਆਪਣੀ ਟੀਮ ਦੇ ਲਈ ਜੁੜ ਗਏ 4100 ਕਰਤਾ 4100 ਪਰ ਸਾਹਮਣੇ ਪੰਗਾ ਚਿਰਾਗਦੀਰ ਜੇ ਜੱਫਾ ਲਾਵੇ ਤਾਂ 500 ਭਾਈ ਸਵਾਦ ਆਇਆ ਤੇ ਤਾੜਾ ਤੁੜਾ ਠੋਕ ਦਿਓ ਤਾੜਾ ਤੁੜਾ ਜੇ ਸਵਾਦ ਆਉਂਦਾ ਤੇ ਉਹ ਜੀਰਕਪੁਰੀਆ ਗੁਰਦੀਪ ਨੌਜਵਾਨ ਕਬੱਡੀ ਪਾ ਰਿਹਾ ਹੈ ਥੱਬੇ ਥੱਬੇ ਦੇ ਪਾਟਾ ਨੌਜਵਾਨ ਦੇ ਉਹ ਚੱਲ ਮਾ ਕੱਦ ਕਬੱਡੀ ਪੈ ਗਈ ਹੈ ਲੈ ਵੀ ਬੈਕਾਂ ਵਾਲਿਆ ਦਿਲਬਾਗ ਗੱਜਣ ਵਾਲਾ ਮੇਰੇ ਕੋਲੇ ਆਵੇ ਇੱਥੇ ਜ਼ਰੂਰ ਕਿਉਂਕਿ ਮੈਚ ਬੜੇ ਤਕੜੇ ਖੇਡੇ ਜਾ ਰਹੇ ਦੋਨਾਂ ਟੀਮਾਂ ਦੇ ਦਰਮਿਆਨ ਲਓ ਸਾਹਮਣੇ ਕਬੱਡੀ ਕਹਿੰਦੇ ਮੁੰਡਾ ਜੀਰਕਪੁਰੀਆ ਪਾ ਰਿਹਾ ਹੈ ਹੁਣ ਜਾਫੀ ਚਾ ਰਿਹਾ ਆਓ ਸਾਹਮਣੇ ਕਹਿੰਦੇ ਗੱਲ ਵਾਲਾ ਓਏ ਗੱਲ ਵਾਲਾ ਨਹੀਂ ਉਹ ਮੰਨਦਾ ਕਹਿੰਦਾ ਨੰਬਰ ਧਾਵੀ ਦਾ ਨੰਬਰ ਭਗਤ ਬਾਬਾ ਦੁਨੀ ਚੰਦੀ ਧਰਤੀ ਦੇ ਟੀਮ ਦੇ ਹਿੱਸੇ ਜਾ ਜੁੜਿਆ ਆ ਵੀ ਗੱਭਰੂ ਆ ਪਾ ਕਬੱਡੀ ਲਓ ਧਰਮ ਕੋਟੀਆ ਮੇਰੇ ਮਿੱਤਰੋ ਫੇਰ ਆ ਗਿਆ ਸਾਹੋ ਕਿਆ ਮਾਰਿਆ ਉਹ ਦੁਨੀਆ ਜੱਫਾ ਡੀਕਦੀ ਤੇਰਾ 500 ਰੁਪਿਆ ਜਿਹੜਾ ਵੀ ਮੁੰਡਾ ਜੱਫਾ ਲਾਉਂਦਾ 500 ਰੁਪਿਆ ਤਾਂ ਜਾਣਾ ਉਹ ਸਾਹੋ ਕਿਆ ਮਾਰਾ ਗੱਲ ਟਿਕਾਣੇ ਨੀ ਲੱਗਦੀ ਦਿਸਦੀ ਰਗਬੀਰ ਮੈਚ ਸਮਾਪਤ ਹੋ ਗਿਆ ਜੀ ਦਿਲਬਾਗ ਆ ਜਾ ਵੀਰੇ ਦਿਲਬਾਗ ਬਰਾੜ ਇਹਦੇ ਵਿੱਚੋਂ ਗਗੜੇ ਦੀ ਟੀਮ ਜਿੱਤ ਗਈ ਹੈ ਗਗੜੇ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਹੈ।